ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਪ੍ਰੇਮ ਸਿੰਘ ਜੀ ਪੰਗੂ 10 ਮਿੰਟ ਵਾਸਤੇ ਉਹ ਹਾਜ਼ਰੀ ਭਰਨਗੇ ਪ੍ਰਧਾਨ ਸਰਦਾਰ ਪ੍ਰੇਮ ਸਿੰਘ ਜੀ ਪੰਗੂ ਬਹੁਤ ਹੀ ਸਤਿਕਾਰਯੋਗ ਕਿਸਾਨ ਆਗੂ ਸਹਿਬਾਨ ਪੰਡਾਲ ਵਿੱਚ ਹਾਜ਼ਰ ਭੈਣੋ ਤੇ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਭੈਣ ਹੈ ਗੀਤ ਦੇ ਵਿੱਚ ਬਹੁਤ ਕੁਝ ਵਿਆਖਿਆ ਕਰ ਦਿੱਤੀ ਹੈ ਜਿੰਨਾ ਕੁਝ ਭਾਸ਼ਣ 'ਚ ਕਹਿਣਾ ਸੀ ਮੇਰਾ ਖਿਆਲ ਹੈ ਕਾਫੀ ਕੁਝ ਉਹ ਆਪਣੇ ਗੀਤ 'ਚ ਕਹਿ ਗਏ ਨੇ ਕਿਸਾਨਾਂ ਦੀ ਇੱਜ਼ਤ ਸਨਮਾਨ ਖੇਤਾਂ ਦਾ ਸਨਮਾਨ ਇਹਦੀ ਲੜਾਈ ਭਾਵੇਂ ਚਲਦੀ ਤਾਂ ਬਹੁਤ ਪਹਿਲਾਂ ਸੀ ਪਰ ਲੜਾਈ ਉਜਾਗਰ ਹੋਣ ਹੋਈ ਹੈ ਇਸ ਨੂੰ ਕਰਨ ਲਈ ਬਹੁਤ ਵੱਡਾ ਯੋਗਦਾਨ ਪੰਜਾਬ ਤੋਂ ਤੁਸੀਂ ਸਾਰੇ ਨੇ ਪਾਇਆ हरियाणा ਦੇ ਸਾਡੇ ਭਾਈ ਉਸ ਤੋਂ ਬਾਅਦ ਆਏ ਤੇ ਹੌਲੀ-ਹੌਲੀ ਰਾਜਸਥਾਨ ਯੂਪੀ ਤੇ ਉੱਤਰਖੰਡ ਵੀ ਆਏ ਅੱਜ ਇਹ ਲੜਾਈ ਖੇਤੀ ਕਾਨੂੰਨਾਂ ਤੋਂ ਸ਼ੁਰੂ ਹੋਈ ਹੈ ਭਾਵੇਂ ਉਹ ਇੱਕ ਛੋਟੀ ਲੜਾਈ ਹੈ ਮੈਂ ਕਹਾਂਗਾ ਇਸ ਨੂੰ ਉਹ ਕਾਨੂੰਨ ਦਾ ਰੱਦ ਹੋ ਜਾਣਾ ਰੱਦ ਹੋਏ ਹੋਏ ਆ ਉਹਨਾਂ ਦਾ ਐਲਾਨ ਹੀ ਬਾਕੀ ਹੈ ਕੇਵਲ ਰੱਦ ਹੋਏ ਹੋਏ ਜਦੋਂ ਦਾ ਸੁਪਰੀਮ ਕੋਰਟ ਨੇ ਸਟੇ ਕੀਤਾ ਖੇਤੀ ਕਾਨੂੰਨਾਂ ਨੂੰ ਔਰ ਸਰਕਾਰ ਨਾਲ ਭਾਵੇਂ ਜਿੰਨੇ ਮਰਜ਼ੀ ਗੇੜ ਦੀ ਗੱਲਬਾਤ ਹੋਈ ਉਹਦੇ ਵੀ ਸਰਕਾਰ ਮੰਨੀ ਦਾ ਬੈਠੀ ਹੈ ਵੀ ਖੇਤੀ ਕਾਨੂੰਨ ਦਾ ਹੈ ਮਾੜੇ ਨੇ ਪਰ ਜੇ ਰੱਦ ਕਰਨ ਲਈ ਮੂੰਹ ਖੋਲਣਾ ਬੜਾ ਔਖਾ ਹੈ ਇਹ ਖੋਲ ਲੈਣਾ ਬਹੁਤੀ ਦੇਰ ਨਹੀਂ ਲੱਗਣੀ ਵਰਚੁਲੀਏ ਕਾਨੂੰਨ ਰੱਦ ਹੋਏ ਪਏ ਨੇ ਐਲਾਨ ਹੋ ਜਾਣਾ ਹੈ ਐਲਾਨ ਹੋਣ ਨੂੰ 20 ਦਿਨ ਲੱਗਣ 10 ਦਿਨ ਲੱਗਣ ਮਹੀਨਾ ਲੱਗੇ ਪਰ ਅਸੀਂ ਬੈਠੇ ਬੜੇ ਨਿਸ਼ਚੇ ਨਾਲ ਹਾਂ ਪਰ ਸਾਡੀ ਲੜਾਈ ਇਸ ਤੋਂ ਅੱਗੇ ਚਲੀ ਗਈ ਆਪਾਂ ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲੇ ਅੱਜ ਇੱਕ ਸਮਾਜਿਕ ਪਰਵਰਤਨ ਵੱਲ ਵੱਧ ਰਹੇ ਹਾਂ ਭਾਰਤ ਬੰਦ ਕੋਈ ਆਮ ਨਹੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸਾਨੀ ਮੁੱਦਿਆਂ ਦੇ ਉੱਪਰ ਔਰ ਕਿਸਾਨਾਂ ਦੇ ਸੱਦੇ ਦੇ ਉੱਤੇ ਅੱਜ ਤੱਕ ਭਾਰਤ ਬੰਦ ਕਦੇ ਨਹੀਂ ਹੋਇਆ ਨਾ ਕਿਸੇ ਨੇ ਕੋਈ ਸੱਦਾ ਦਿੱਤਾ ਹੈ ਭਾਰਤ ਬੰਦ ਜ਼ਰੂਰ ਹੋਏ ਰਾਜਨੀਤਿਕ ਪਾਰਟੀਆਂ ਨੇ ਆਪਣੇ ਰਾਜਨੀਤਿਕ ਪ੍ਰੋਗਰਾਮਾਂ ਦੇ ਲਈ ਰਾਜਨੀਤਿਕ ਲਾਹਾ ਲੈਣ ਦੇ ਲਈ ਭਾਰਤਬੰਦ ਹੁੰਦੇ ਰਹੇ ਪਰ ਉਹ ਕਿਸਾਨ ਜਿਹੜੇ ਦੇਸ਼ ਦਾ 70% ਆਬਾਦੀ ਹੈ ਉਹਨਾਂ ਦੇ ਸੱਦੇ ਤੇ ਉਹਨਾਂ ਦੇ ਮੁੱਦਿਆਂ ਦੇ ਉੱਪਰ ਕਦੇ ਚਰਚਾ ਨਹੀਂ ਦੇਸ਼ ਦੇ ਵਿੱਚ ਹੋਈ ਭਾਰਤਬੰਦ ਬੜੀ ਦੂਰ ਦੀ ਗੱਲ ਸੀ ਇਹਦਾ ਸਿਹਰਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਮੁੱਖ ਤੌਰ ਤੇ ਗਿਆ ਜਿਨ੍ਹਾਂ ਨੇ ਖੇਤੀ ਨੂੰ ਖੇਤਾਂ ਨੂੰ ਔਰ ਕਿਸਾਨਾਂ ਦੇ ਮੁੱਦਿਆਂ ਨੂੰ ਅੱਜ ਸਮੁੱਚੇ ਦੇਸ਼ ਦਾ ਮੁੱਦਾ ਬਣਾਇਆ ਅੱਜ ਸਾਰੇ ਦੇਸ਼ ਦਾ ਵਰਤਾਨ ਜਿਹਨੂੰ ਨੈਰੇਟਿਵ ਕਿਹਾ ਜਾਂਦਾ ਹੈ ਉਹ ਕਿਸਾਨਾਂ ਤੇ ਖੇਤੀਬਾੜੀ ਦੇ ਉੱਤੇ ਆ ਕਿਤੇ ਵੀ ਤੁਸੀਂ ਖੜੋ ਕਿਸੇ ਮਹੱਲੇ 'ਚ ਖੜੋ ਕਿਸੇ ਮਾਰਕੀਟ 'ਚ ਖੜੋ ਕਿਸੇ ਸਰਕਾਰੀ ਦਫ਼ਤਰ ਜਾਓ ਤਾਂ ਪਹਿਲਾਂ ਗੱਲ ਖੇਤੀ ਕਾਨੂੰਨਾਂ ਦੀ ਕਿਸਾਨਾਂ ਦੀ ਖੇਤੀਬਾੜੀ ਦੀ ਹੋਏਗੀ ਦੁਬਾਰਾ ਭਾਵੇਂ ਜੋ ਮਰਜ਼ੀ ਗੱਲਾਂ ਹੋਣ ਅੱਜ ਹਰ ਇੱਕ ਦਾ ਕੰਸਰਨ ਹਰ ਇੱਕ ਦੀ ਚਿੰਤਾ ਜਿੱਥੇ ਮਰਜ਼ੀ ਉਹ ਬੈਠਾ ਜਿਸ ਮਰਜ਼ੀ ਵਰਗ ਨਾਲ ਸੰਬੰਧਿਤ ਹੈ ਉਹਦੀ ਚਿੰਤਾ ਕਿਸਾਨੀ ਬਾਰੇ ਆ ਖੇਤੀਬਾੜੀ ਬਾਰੇ ਆ ਸੋ ਮੈਂ ਕਹਾਂਗਾ ਇਸ ਅੰਦੋਲਨ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਰਾਜ ਕਰਨ ਵਾਲੀਆਂ ਜਮਾਤਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜਿਹਾ ਮੌਕਾ ਕਦੇ ਨਹੀਂ ਆਇਆ ਕਿ ਕਿਸਾਨਾਂ ਦੀਆਂ ਖੇਤਾਂ ਦੀ ਚਰਚਾ ਹੋਈ ਹੋਵੇ ਹਮੇਸ਼ਾ ਹੋਰ ਹੋਰ ਮੁੱਦਿਆਂ ਦੇ ਸਾਹਮਣੇ ਆਉਂਦੇ ਰਹੇ ਉਹਨਾਂ ਮੁੱਦਿਆਂ ਦੇ ਬੜਾ ਕੁਝ ਵੋਟਾਂ ਵੀ ਲੰਦੇ ਰਹੇ 50 ਸਾਲਾਂ ਤੋਂ ਬਾਅਦ ਉਹੀ ਰਾਜ ਕਰਨ ਵਾਲੀਆਂ ਲੁਟੇਰੀਆਂ ਜਮਾਤਾਂ ਬਦਲ ਬਦਲ ਕੇ ਜਿਹੜੀਆਂ ਆਉਂਦੀਆਂ ਨੇ ਉਹ ਹਮੇਸ਼ਾ ਕੁਝ ਮੁੱਦਿਆਂ ਦੇ ਉੱਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਢਕਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਬਹੁਤ ਵੱਡਾ ਪੈਸਾ ਖਰਚ ਕੇ ਮਸ਼ੀਨਾਂ 'ਚ ਝੇਰਾ ਫੇਰੀ ਕਰਕੇ ਤੁਹਾਡੇ ਉੱਪਰ ਫਿਰ ਬਰਾਜਮਾਨ ਹੋ ਜਾਂਦੀਆਂ ਨੇ ਪਰ 5 ਸਾਲ ਦੱਬ ਕੇ ਲੁੱਟ ਕਰਨੀ ਐ ਲੋਕਾਂ ਨੂੰ ਕੁੱਟਣਾ ਵੀ ਐ ਸਾਡੇ ਪੱਲੇ ਕੁਝ ਨਹੀਂ ਪੈਣਾ ਪੱਲੇ ਪੈਣਾ मुट्ठी ਪਰ ਲੋਕਾਂ ਦੇ ਜਿਹੜੇ ਸਰਕਾਰ ਨੂੰ ਵੱਡੇ ਭਾਰੀ ਕਰੋੜਾਂ ਰੁਪਏ ਦੇ ਕੇ ਗੱਡੀਆਂ ਦੇ ਬਿਠਾਉਂਦੇ ਨੇ ਇਹੀ ਕਾਰਪੋਰੇਟ ਸੈਕਟਰ ਅਦਾਨੀ ਤੇ ਅਮਾਨੀ ਇਹ ਪਿੱਛੇ ਹੁੰਦੇ ਨੇ ਉਹਨਾਂ ਸਰਕਾਰਾਂ ਦੇ ਜੇ ਕਹਿ ਲਈਏ ਕਿ ਮੁੱਖ ਤੌਰ ਤੇ ਸਰਕਾਰਾਂ ਨੂੰ ਚਲਾਉਣ ਵਾਲੇ ਕੇਵਲ 5 ਜਾਂ 10% ਲੋਕ ਨੇ ਆਜਾਰੇਦਾਰ ਲੋਕ ਉਹ ਵੱਡੇ ਕਾਰਖਾਨੇਦਾਰ ਵਿਦੇਸ਼ਾਂ 'ਚ ਵੀ ਰਹਿੰਦੇ ਨੇ ਸਾਡੇ ਦੇਸ਼ਾਂ 'ਚ ਵੀ ਰਹਿੰਦੇ ਨੇ ਉਹਨਾਂ ਦੀ ਗਿਣਤੀ ਔਂਗੜੀਆਂ ਤੁਸੀਂ ਗਣ ਸਕਦੇ ਹੋ ਬਹੁਤੇ ਵੱਡੇ ਘਰਾਣੇ ਨਹੀਂ ਬਹੁਤ ਥੋੜੇ ਘਰਾਣੇ ਨੇ ਰਾਜ ਕਰਦੇ 90% ਲੋਕਾਂ ਦੇ ਉੱਪਰ ਵੋਟਾਂ ਲੰਮੇ ਨਾਲ ਤੁਹਾਨੂੰ ਗੁਬਰਾਹ ਕਰਕੇ ਐਸੇ ਮੁੱਦੇ ਢੁਕਾ ਕੇ ਜਿਹੜੀਆਂ ਸਾਨੂੰ ਕਿਤੇ ਧਰਮ ਦੇ ਨਾਂ ਤੇ ਕਿਤੇ ਜਾਤ ਦੇ ਨਾਂ ਤੇ ਕਿਤੇ ਖੇਤਰਵਾਦ ਦੇ ਨਾਂ ਤੇ ਬਹੁਤ ਭਾਰੀ ਪੈਸੇ ਖਰਚ ਕੇ ਪਰ ਇਸ ਅੰਦੋਲਨ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਖੂ ਖਾਤੇ ਚ ਪਾ ਦੇਣਾ ਤੁਸੀਂ ਦੇਖਣਾ ਜਿੰਨਾ ਵੱਡਾ ਅੰਦੋਲਨ ਚੱਲਣਾ ਲੰਬਾ ਹੋ ਜਾਣ ਤੋਂ ਸਾਨੂੰ ਕੋਈ ਪ੍ਰਵਾਹ ਨਹੀਂ ਇਸਦੇ ਪਰ ਜਿੰਨਾ ਲੰਬਾ ਅੰਦੋਲਨ ਹੋਇਆ ਉਨੀ ਵੱਡੀ ਤਬਦੀਲੀ ਦੇ ਸੰਕੇਤ ਨੇ ਸਮਾਜਿਕ ਤਬਦੀਲੀਆਂ ਨੂੰ ਬੜਾ ਲੰਮਾ ਸਮਾਂ ਲੱਗਦਾ ਹੈ ਜੇ ਦੇਸ਼ 'ਚ ਆਜ਼ਾਦੀ ਆਈ ਤਾਂ 1857 ਦਾ ਗਦਰ 100 ਸਾਲ ਪਹਿਲਾਂ ਹੋਇਆ ਆਜ਼ਾਦੀ ਦਾ 1947 ਦੇ ਵਿੱਚ ਆਈ ਦੇਸ਼ 'ਚ ਐਮਰਜੈਂਸੀ ਲੱਗੀ ਤਾਂ ਜਨਤਾ ਪਾਰਟੀ ਦਾ ਨਾਂ ਨਿਸ਼ਾਨ ਨਹੀਂ ਸੀ ਕਿਤੇ ਬੜੇ ਥੋੜੇ ਦਿਨਾਂ 'ਚ ਇਲੈਕਸ਼ਨ ਤੋਂ ਥੋੜਾ ਪਹਿਲਾਂ ਜਨਤਾ ਪਾਰਟੀ ਬਣੀ ਕੋਈ ਕਹਿੰਦੇ ਸੀ ਇਹ ਪਾਰਟੀ ਕਿਹੜੇ ਦਾ ਕੋਈ ਜਾਣਦਾ ਹੀ ਨਹੀਂ ਪਰ ਥੋੜੇ ਦਿਨ ਦੇ ਵਿੱਚ ਜਿਸ ਤਰ੍ਹਾਂ ਜੰਗਲ ਦੀ ਅੱਗ ਹੁੰਦੀ ਹੈ ਉਸ ਤਰ੍ਹਾਂ ਸਾਰੇ ਦੇਸ਼ 'ਚ ਫੈਲੀ ਔਰ ਜਨਤਾ ਪਾਰਟੀ ਜਨਤਾ ਪਾਰਟੀ ਹੋ ਗਈ ਸਾਰਾ ਲੈ ਕੇ ਕਸ਼ਮੀਰ ਤੋਂ ਕੰਨਗਮਾਰੀ ਤੱਕ ਉਹਨਾਂ ਸਾਫ਼ ਕਰਕੇ ਰੱਖ ਦਿੱਤਾ ਇਸ ਲਈ ਕਿਸਾਨ ਅੰਦੋਲਨ ਹੈ ਜਿਹੜਾ ਮੈਂ ਨਹੀਂ ਕਹਿੰਦਾ ਕੋਈ ਰਾਜਨੀਤਿਕ ਅੰਦੋਲਨ ਹੈ ਨਾ ਇਹ ਰਾਜਨੀਤਿਕ ਹੈ ਨਾ ਇਸ ਦਾ ਕੋਈ ਰਾਜਨੀਤਿਕ ਅਜੰਡਾ ਹੈ ਸਾਜਾ ਅਜੰਡਾ ਦਾ ਖੇਤੀਬਾੜੀ ਨੂੰ ਬਚਾਉਣ ਦਾ ਹੈ ਕਿਸਾਨੀ ਮੁੱਦੇ ਦਾ ਅਜੰਡਾ ਹੈ ਪਰ ਇੱਕ ਤਬਦੀਲੀ ਜ਼ਰੂਰ ਲਿਆ ਰਿਹਾ ਹੈ ਸਾਰੇ ਦੇਸ਼ 'ਚ ਤਬਦੀਲੀ ਦਾ ਦੌਰ ਹੈ ਕਿ ਸਾਡਾ ਸੱਭਿਆਚਾਰ ਸਾਡਾ ਰਹਿਣ ਸਣ ਦਾ ਢੰਗ ਸਾਡਾ ਬੋਲੀ ਦਾ ਢੰਗ ਸਾਡਾ ਮਿਲਵਰਤਨ ਸਾਡੇ ਗੀਤ ਸਾਡੇ ਰਸਮ ਰਿਵਾਜ ਉਹ ਸਾਰੇ ਜੇ ਕਿਸਾਨੀ ਨੂੰ ਸਮਰਪਿਤ ਨੇ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਆਹ ਕਲਾਕਾਰ ਪਿਛਲੇ ਦਿਨੀ ਕਹਿ ਰਹੇ ਸੀ ਕਿ ਉਹਨਾਂ ਦਾ ਵਿਆਹ ਸ਼ਾਦੀਆਂ ਦੇ ਵਿੱਚ ਵੀ ਉਹ ਗੀਤ ਜਿਹੜੇ ਢੋਲਟ ਮੱਕੇ ਵਾਲੇ ਬੰਦੂਕਾਂ ਵਾਲੇ ਉਹ ਗੀਤ ਜਿਹੜੇ ਜੱਟਾਂ ਨੂੰ ਬਦਨਾਮ ਕਰਦੇ ਸੀ ਉਹ ਸਾਰੇ ਗੀਤ ਹੀ ਬੰਦ ਹੋ ਗਏ ਉਹਨਾਂ ਦਾ ਕਹਿੰਦੇ ਜੀ ਕਿਸਾਨੀ ਦੇ ਗੀਤ ਲਾਓ ਕੋਈ ਗੱਡੀ ਚਲੇ ਜਾਓ ਸਾਰੇ ਕਿਸਾਨੀ ਦੇ ਗੀਤ ਇਹਦਾ ਸੰਕੇਤ ਕੀ ਹੈ ਕਿ ਥੱਲੇ ਤੋਂ ਕੋਈ ਤਬਦੀਲੀ ਸ਼ੁਰੂ ਹੋ ਗਈ ਹੈ ਲੋਕਾਂ ਦੇ ਮਨ ਬਦਲ ਰਹੇ ਨੇ ਲੋਕਾਂ ਦੇ ਵਿਚਾਰ ਬਦਲ ਰਹੇ ਆ ਲੋਕਾਂ ਦੀ ਸਮਝ ਬਦਲ ਰਹੀ ਹੈ ਔਰ ਇਹ ਤਬਦੀਲੀ ਨੇ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਰਾਜ ਕਰਨ ਵਾਲੀਆਂ ਪਾਰਟੀਆਂ ਦਾ ਕਰਨਾ ਤੁਸੀਂ 2024 ਤੱਕ ਦੇਖਣਾ ਜਿਸ ਤਰ੍ਹਾਂ ਦੀ ਲਹਿਰ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਲੋਕਾਂ ਦੇ ਮਨ ਬੜੀ ਤੇਜ਼ੀ ਨਾਲ ਬਦਲ ਰਹੇ ਨੇ ਖੇਤੀ ਕਾਨੂੰਨ ਦਾ ਰੱਦ ਹੋਣ ਨਹੀਂ ਨਾ ਪਰ ਰਾਜ ਕਰਨ ਵਾਲੀਆਂ ਜਮਾਤਾਂ ਨੂੰ ਦੇਸ਼ ਦੇ ਵਿੱਚ ਰਾਜ ਕਰਨਾ ਔਖਾ ਹੋ ਜਾਣਾ ਜਦੋਂ ਤੁਸੀਂ ਲੁੱਟੇ ਜਾਣ ਵਾਲੇ 90% ਲੋਕ ਆਪਣੇ ਮੁੱਦਿਆਂ ਦੇ ਉੱਪਰ ਇਕੱਠੇ ਹੋਏ ਤਾਂ ਕਿਸੇ ਲੁਟੇਰੇ ਨੇ ਖੜਨਾ ਨਹੀਂ ਇਸ ਲਈ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡੀ ਪ੍ਰਾਪਤੀ ਹੈ ਆਹ ਕਿਸਾਨਾਂ ਦਾ ਝੰਡਾ ਹੈ ਪਹਿਲਾਂ ਲੜਨ ਨੂੰ ਕੋਈ ਤਿਆਰ ਨਹੀਂ ਸੀ ਹੁੰਦਾ ਤੁਸੀਂ ਆਪ ਵੀ ਥੋੜਾ ਜਿਹਾ ਕਰਦੇ ਵੀ ਕਿਸਾਨ ਦਾ ਝੰਡਾ ਲਾ ਕੇ ਕੋਈ ਰੋਕ ਹੀ ਨਾਲ ਵਿਰਾਸ ਦੇ ਵਿੱਚ ਕਿਤੇ ਕੋਈ ਇਹ ਨਾ ਕਿਤੇ ਵਿੱਚ ਝੰਡਾ ਲਾ ਕੇ ਕੋਈ ਫਿਰਿਆ ਅੱਜ ਕਿਸਾਨੀ ਝੰਡਾ ਵੀ ਆਈਪੀ ਝੰਡਾ ਹੈ ਚੰਡੀਗੜ੍ਹ ਦੇ ਵਿੱਚ ਮੰਗਦੇ ਨਾ ਝੰਡੇ ਨੂੰ ਚੌਕਾਂ ਦੇ ਉੱਪਰ ਖੜੇ ਆ ਲੈ ਕੇ ਦੇਣ ਲਈ ਜਿਹੜੇ ਮਰਜ਼ੀ ਰੰਗ ਦਾ ਝੰਡਾ ਲਾਓ ਝੰਡਾ ਲੈ ਕੇ ਚੱਲਦੇ ਨੇ ਔਰ ਫੈਸ਼ਨ ਬਣਿਆ ਹੋਇਆ ਸਾਰੇ ਦੇਸ਼ ਦੇ ਅੰਦਰ بڑے-ਇਲਖੇ ਕੋਈ ਵੀ ਹੋਣ ਉਹ ਕਹਿੰਦੇ ਜੀ ਕਿਸਾਨੀ ਦਾ ਝੰਡਾ ਦਿਓ ਕਾਰ ਤੇ ਲਾ ਕੇ ਚੱਲਣਾ ਇਹ ਸਮਾਜਿਕ ਤਬਦੀਲੀ ਦਾ ਸੰਕੇਤ ਹੈ ਪ੍ਰਤੀਕ ਹੈ ਜਿਹੜਾ ਕਿ ਬਹੁਤ ਮਿਹਨਤ ਨਾਲ ਆਇਆ ਹੈ ਬੜੀ ਮਿਹਨਤ ਕਰਨੀ ਪੈਂਦੀ ਹੈ ਇਨਕਲਾਬ ਜਿਹਨਾਂ ਦੇਸ਼ਾਂ ਦੇ ਵਿੱਚ ਆਏ ਬਹੁਤ-ਬਹੁਤ ਵੱਡੇ ਸਾਲ ਕਿੰਨੇ ਸਾਲਾਂ ਬਧੀ ਲੜਾਈਆਂ ਮਜ਼ਦੂਰਾਂ ਨੇ ਕਿਸਾਨਾਂ ਨੇ ਜਮਾਤੀ ਸੰਘਰਸ਼ ਕਰਕੇ ਸਮਾਜਿਕ ਤਬਦੀਲੀਆਂ ਲਿਆਂਦੀਆਂ ਸਾਡਾ ਗੁਆਂਢੀ ਦੇਸ਼ ਚੀਨ ਹੈ ਕਾਹਮੜ ਮੌਜੇ ਤੁੰਗਣਾ ਜਿੱਥੇ ਇਨਕਲਾਬ ਕੀਤਾ ਤਾਂ ਲੌਂਗ ਮਾਰਚ ਕੀਤਾ کئی ਸਾਲ ਪਿੰਡਾਂ ਤੋਂ ਸ਼ੁਰੂ ਹੋਏ ਇੱਕ ਇੱਕ ਪਿੰਡ ਨੂੰ ਫਤਿਹ ਕਰਦੇ ਹੋਏ ਸ਼ਹਿਰਾਂ ਨੂੰ ਫਤਿਹ ਕਰਦੇ ਚਲੇ ਗਏ ਔਰ ਜਾ ਕੇ ਇਨਕਲਾਬ ਕੀਤਾ ਕਿਸਾਨੀ ਇਨਕਲਾਬ ਇਹਨੂੰ ਕਹਿੰਦੇ ਸੀ ਸਾਡੇ ਦੇਸ਼ ਦੇ ਅੰਦਰ ਐਸਾ ਪਰਵਰਤਨ ਦੀ ਲਹਿਰ ਚੱਲ ਰਹੀ ਹੈ ਮੈਂ ਨਹੀਂ ਕਹਿੰਦਾ ਕੋਈ ਇਨਕਲਾਬ ਆ ਰਿਹਾ ਇਸ ਦੇ ਵਿੱਚ ਪਰ ਇੱਕ ਤਬਦੀਲੀ ਜ਼ਰੂਰ ਹੈ ਤਬਦੀਲੀ ਇਨਕਲਾਬ ਨੂੰ ਵੀ ਜਨਮ ਦਿੰਦੀ ਹੈ ਹਰ ਚੀਜ਼ ਨੂੰ ਜਨਮ ਦਿੰਦੀ ਹੈ ਜੇ ਤਬਦੀਲੀ ਆ ਰਹੀ ਹੈ ਤਾਂ ਲੁਟੇਰੀਆਂ ਜਮਾਤਾਂ ਨੂੰ ਰਾਜ ਕਰਨ ਵਾਲੀਆਂ ਜਮਾਤਾਂ ਨੂੰ ਕੰਪਨੀਆਂ ਜ਼ਰੂਰ ਛੜੀਆਂ ਹੋਈਆਂ ਨੇ ਵੈਸੇ ਤਾਂ ਨਹੀਂ ਕਿ ਪੱਛਮੀ ਬੰਗਾਲ ਦੇ ਵਿੱਚ ਸਾਡੀਆਂ ਟੀਮਾਂ ਗਈਆਂ ਉੱਥੇ ਭਾਵੇਂ ਅਸੀਂ ਵੋਟ ਤਾਂ ਨਹੀਂ ਨਾ ਕਿਸੇ ਨੂੰ ਕਿਹਾ ਨਾ ਕੋਈ ਇਲੈਕਸ਼ਨ ਲੜਨ ਦਾ ਕਿਸੇ ਦਾ ਮਨੋਰਥ ਹੈ ਪਰ ਉੱਥੇ ਇਸ ਗੱਲ ਹੀ ਗਏ ਕਿ ਜੇ ਵੋਟਾਂ ਦਾ ਸਵਾਲ ਹੈ ਹੁਣ ਉਹਨੂੰ ਬੋਰਡ ਦੇ ਸਵਾਲ ਦੇ ਉੱਤੇ ਚੱਲੀਏ ਜਾ ਕੇ ਸਾਡੇ ਆਗੂ ਨੇ ਕਿਹਾ ਕਿ ਬੀਜੇਪੀ ਲੁਟੇਰੀ ਜਮਾਤ ਹੈ ਬੀਜੇਪੀ ਕਿਸਾਨਾਂ ਦੇ ਜ਼ਬਰ ਕਰ ਰਹੀ ਹੈ ਐਸੇ ਕਾਲੇ ਕਾਨੂੰਨ ਜਿਹੜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸੇ ਸਰਕਾਰ ਨੇ ਬਣਾਏ ਨਹੀਂ ਇਹ ਬੀਜੇਪੀ ਨੇ ਬਣਾਏ ਨੇ ਔਰ ਸਾਰੇ ਖੇਤੀਬਾੜੀ ਦੇ ਪ੍ਰਬੰਧ ਨੂੰ ਜਿਹੜਾ ਦੇਸ਼ ਦਾ ਮੁੱਖ ਅਰਥਚਾਰਾ ਹੈ ਉਹਨੂੰ ਦੋ ਚਾਰ ਜਿਹੜੇ ਘਰਾਣੇ ਨੇ ਅਦਾਨੀ ਅਮਾਨੀ ਉਹਨਾਂ ਨੂੰ ਸੰਭਣਾ ਚਾਹੁੰਦੀ ਹੈ ਤਾਂ ਸਾਡੇ ਪੱਲੇ ਫਿਰ ਕੀ ਰਿਹਾ ਇਹ ਸਨੇਹਾ ਦੇਣ ਦੀ ਲਈ ਉੱਥੇ ਪਹੁੰਚੇ ਤਾਂ ਰਿਪੋਰਟਾਂ ਤੁਹਾਨੂੰ ਵੀ ਹੈਗੀਆਂ ਕਿ ਕਈ ਹਲਕਿਆਂ ਤੋਂ ਬੀਜੇਪੀ ਦੇ ਉਮੀਦਵਾਰ ਭੱਜ ਗਏ ਕਾਗਜ਼ੀ ਵਾਪਸ ਲੈ ਲਈ ਕਈ ਹਲਕਿਆਂ ਤੋਂ ਖੜੇ ਨਹੀਂ ਔਰ ਜਿਹੜੇ ਕੱਠ ਪਹਿਲਾਂ ਅਮਿਤ ਸ਼ਾਹ ਤੇ ਮੋਦੀ ਦੇ ਉੱਤੇ ਹੁੰਦੇ ਸੀ ਕੱਠ ਬਹੁਤ ਪਤਲੇ ਹੋ ਗਏ ਥਿਨ ਹੋ ਗਏ ਉਸ ਤੋਂ ਬਾਅਦ ਔਰ ਐਸਾ ਹੀ ਸਾਰੇ ਦੇਸ਼ ਦੇ ਵਿੱਚ ਹੋ ਰਿਹਾ ਜਿਉਂ-ਜਿਉਂ ਆਪਾਂ ਜਾਵਾਂਗੇ ਜਿਉਂ-ਜਿਉਂ ਸਾਡੀ ਆਵਾਜ਼ ਸਾਡਾ ਸੁਨੇਹਾ ਸਾਡਾ ਅੰਦੋਲਨ ਦੇਸ਼ ਦੇ ਬਾਕੀ ਹਿੱਸੇ 'ਚ ਜਾਏਗਾ ਤਾਂ ਇਹ ਪਰਵਰਤਨ ਉਨਾ ਹੀ ਤੇਜ਼ ਹੋਏਗਾ ਸੋ ਆਪਾਂ ਲੜ ਰਹੇ ਹਾਂ ਇਸ ਨੂੰ ਲੜਨਾ ਹੈ ਸਰਕਾਰਾਂ ਕਈ ਵਾਰੀ ਕਹਿੰਦੇ ਨੇ ਕਿ ਗੱਲਬਾਤ ਨਹੀਂ ਕਰ ਰਹੀ 2 ਮਹੀਨੇ ਹੋ ਗਏ ਕੋਈ ਗੱਲਬਾਤ ਦਾ ਹੋਇਆ ਨਹੀਂ ਕੋਈ ਲੋੜ ਨਹੀਂ ਨਾ ਕਰਨ ਦੇ ਉਹਨਾਂ ਨੂੰ ਆਪੇ ਕਰਨਗੇ ਸਾਡਾ ਅੰਦੋਲਨ ਬੜੇ ਪੱਕੇ ਪੈ ਰਹੀ ਹੈ ਸਭ ਨੇ ਆਪਣੀ ਤਿਆਰੀ ਕੀਤੀ ਹੋਈ ਹੈ ਕਣਕ ਦੀ ਵਾਢੀ ਵੀ ਲੰਘ ਜਾਣੀ ਹੈ ਇਸ ਤੋਂ ਬਾਅਦ ਦੇਖਣਾ 15 ਦਿਨਾਂ ਤੋਂ ਬਾਅਦ ਇਸ ਅੰਦੋਲਨ ਨੇ ਕਿੱਥੇ ਪਹੁੰਚਣਾ ਹੈ ਜੋ ਤਿਆਰੀਆਂ ਤੁਸੀਂ ਪੰਜਾਬ ਦੀਆਂ ਪੜੋ ਰੋਜ਼ਾਨਾ ਅਖਬਾਰਾਂ 'ਚ ਵੱਡੀਆਂ ਰਿਪੋਰਟਾਂ ਆ ਰਹੀਆਂ ਨੇ ਬਹੁਤ ਵੱਡੀ ਤਿਆਰੀਆਂ ਜਿਹੜੀ ਸਾਰੀਆਂ ਕਾਨਫਰੰਸਾਂ ਮਹਾਪੰਚਾਇਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਐਡੇ ਵੱਡੇ ਕੱਠ ਕਦੇ ਨਹੀਂ ਅਜੇ ਤੱਕ ਹੋਏ ਆਪ ਮੁਹਾਰੇ ਰਾਜਨੀਤਿਕ ਪਾਰਟੀਆਂ ਤਾਂ ਪੈਸੇ ਦੇ ਕੇ ਬੱਸਾਂ ਫ੍ਰੀ ਭੇਜ ਕੇ ਲੋਕਾਂ ਨੂੰ ਦਿਹਾੜੀ ਦੇ ਉੱਪਰ ਲਿਆ ਕੇ ਕੱਠ ਕਰਦੇ ਨੇ ਪਰ ਜੋ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਯੂਪੀ ਚ ਮਹਾਪੰਚਾਇਤਾਂ ਹੋ ਰਹੀਆਂ ਨੇ ਇਹ ਨਾ ਤਾਂ ਅਸੀਂ ਗੱਡੀਆਂ ਭੇਜੀਆਂ ਨਾ ਕਿਸੇ ਨੂੰ ਕੋਈ ਪੈਸੇ ਦਿੱਤੇ ਨਾ ਕੋਈ ਹੋਰ ਲਾਲਚ ਦਿੱਤਾ ਆਪ ਮਹਾਰੇ ਲੋਕ ਆਪਣੀ ਮਰਜ਼ੀ ਦੇ ਨਾਲ ਆਪਣੀ ਸਮਝ ਦੇ ਨਾਲ ਐਡੇ ਵੱਡੇ ਜਿਹੜੇ ਇਕੱਠ ਕਰ ਰਹੇ ਨੇ ਤਾਂ ਅਜੇ ਵੀ ਮੋਦੀ ਨੂੰ ਪਤਾ ਨਹੀਂ ਚੱਲਿਆ ਕਿ ਗਰਾਊਂਡ ਤੇ ਹੋ ਕੀ ਰਿਹਾ ਲੋਕ ਕੀ ਚਾਹੁੰਦੇ ਨੇ ਅਜੇ ਹਕਮ ਬਕਰਨੀ ਨੀਂਦ ਸੁਤਾ ਹੋਇਆ ਹੈ ਹੋਰ 100 ਲੈਣ ਦੇ ਇੱਕ ਮਹੀਨਾ 2 ਮਈ ਨੂੰ ਜਿਹੜੀਆਂ ਵੋਟਾਂ ਪਈਆਂ ਉਹਦੇ ਰਿਜ਼ਲਟ ਆਉਣੇ ਨੇ ਜਦੋਂ 2 ਮਈ ਨੂੰ ਭਾਜਪਾ ਦਾ ਬਕਸੇ ਖਾਲੀ ਮਿਲੇ ਨਾ ਫੇਰ ਪਤਾ ਚੱਲਣਾ ਹੈ ਮੋਦੀ ਨੂੰ ਕਿ ਇਹ ਲਹਿਰ ਸੀ ਇਹ ਲਹਿਰ ਦਾ ਅਸਰ ਕੀ ਹੋਇਆ ਅਜੇ ਉਹਨੂੰ ਪਤਾ ਨਹੀਂ ਅਜੇ ਸਮਝਣਾ ਕਿ ਸ਼ਾਇਦ ਪੰਜਾਬ ਦੇ ਵਿੱਚ ਹੀ ਅਸਰ ਹੈ ਹਰਿਆਣਾ 'ਚ ਹੀ ਅਸਰ ਹੈ ਪਰ ਇਹਦਾ ਅਸਰ ਇਹਦਾ ਪ੍ਰਭਾਵ ਅੱਜ ਦੇਸ਼ ਦੇ ਹਰ ਕੋਨੇ ਦੇ ਵਿੱਚ ਹੈ ਕੱਲ ਨੂੰ ਹੋਣ ਵਾਲਾ ਭਾਰਤ ਬੰਦ ਹੈ ਜਿਹੜਾ ਉਹ ਇਸ ਗੱਲ ਦਾ ਨੇਤਾਰਾ ਕਰੇਗਾ ਇਸ ਸਾਫ ਕਰੇਗਾ ਕਿ ਪੰਜਾਬ ਹਰਿਆਣਾ ਯੂਪੀ ਉੱਤਰਖੰਡ ਔਰ ਰਾਜਸਥਾਨ ਨਹੀਂ ਦੇਸ਼ ਦਾ ਕੋਈ ਸੂਬਾ ਨਹੀਂ ਬਚੇਗਾ ਜਿੱਥੇ ਸਾਰੀਆਂ ਜਨ ਸੁਵਿਧਾਵਾਂ ਉਹ ਭਾਵੇਂ ਮਾਰਕੀਟਾ ਹੋਣ ਟਰਾਂਸਪੋਰਟ ਹੋਵੇ ਸਰਕਾਰੀ ਦਫ਼ਤਰ ਹੋਣ ਰੇਲ ਹੋਵੇ ਸੜਕੀ ਆਵਾਜਾਈ ਹੋਵੇ ਜਿਹੜੀ ਬੰਦਨਾ ਹੋਵੇ ਬਹੁਤ ਵੱਡਾ ਸਮਰਥਨ ਇਸ ਭਾਰਤਬੰਦ ਨੂੰ ਮਿਲ ਰਿਹਾ ਹੈ ਔਰ ਇਹ ਭਾਰਤਬੰਦ ਹੋਣ ਤੋਂ ਬਾਅਦ ਇਹਨਾਂ ਸਰਕਾਰ ਦੀ ਔਰ મોદી ਦੀ ਨੀਂਦ ਹਰਾਮ ਕਰਨੀ ਹੈ ਇਹ ਸਾਡੇ ਸਾਹਮਣੇ ਹੈ ਅਸੀਂ ਸਿੰਘੂ ਬਾਰਡਰ ਤੇ ਆ ਅਸੀਂ ਪੰਜਾਬ ਤਾਂ ਜਾਣਾ ਨਹੀਂ ਅਸੀਂ ਫੈਸਲਾ ਕੀਤਾ ਹੈ ਕਿ ਜਿਹੜੀ ਸੜਕੀ ਆਵਾਜਾਈ ਭਾਵੇਂ ਇੱਧਰ ਚੱਲਦੀ ਹੈ ਉਧਰ ਚੱਲਦੀ ਹੈ ਘਟੋ ਘਟੇ ਇਸ ਨੂੰ ਬੰਦ ਕਰੀਏ ਸਾਰੀਆਂ ਜਿਹੜੀਆਂ ਦੁਕਾਨਾਂ ਬਾਜ਼ਾਰ ਇੱਥੇ ਖੁੱਲੇ ਨੇ ਉਹ ਸਾਡੇ ਨਾਲ ਪਹਿਲਾਂ ਹੀ ਹੈ ਜਿਹੜੇ ਸਾਡੇ ਮਹੱਲੇ ਵਾਲੇ ਹੈ ਇੱਥੇ ਕੁੰਡਰੀ ਦੇ ਬਾਜ਼ਾਰ ਵਾਲੇ ਆ ਉਹ ਸਾਰੇ ਸਮਰਥਨ ਕਰਦੇ ਆ ਇਸ ਅੰਦੋਲਨ ਦੇ ਉਹਨਾਂ ਨੇ ਆਪਣੇ ਆਪ ਵੀ ਦੁਕਾਨਾਂ ਦੇ ਬਾਜ਼ਾਰ ਬੰਦ ਰੱਖਣੇ ਨੇ ਸਾਡੇ ਸੱਦੇ ਦੇ ਉੱਪਰ ਸੋ ਇੱਥੇ ਅਸੀਂ ਸਿੰਘੂ ਬਾਰਡਰ ਤੇ ਜਾਂ ਟਿੱਕਰੀ ਦੇ ਉੱਪਰ ਵੱਡੇ ਇਕੱਠ ਕਰਕੇ ਸਾਰਾ ਦਿਨ ਇੱਥੇ ਰੈਲੀ ਹੋਏਗੀ ਲੀਡਰ ਭਾਸ਼ਣ ਕਰ ਲਗੇ ਪੰਜਾਬ ਦੀਆਂ ਰਿਪੋਰਟਾਂ ਆਣਗੀਆਂ ਕੰਪਲੀਟ ਬੰਦ ਰਹੇਗਾ ਔਰ ਅਸੀਂ ਇਹ ਕਰਕੇ ਸਾਰੇ ਭਾਰਤ ਨਾਲ ਸਾਰੇ ਦੇਸ਼ ਨਾਲ ਜਿਹੜੀ ਯਕੀਨਤਾ ਸੋਲਿਡੈਰਿਟੀ ਹੈ ਉਹ ਸ਼ੋ ਕਰਾਂਗੇ ਔਰ ਬਹੁਤ ਵੱਡਾ ਸਨੇਹਾ ਚਲੇ ਜਾਊਗਾ ਉਸ ਤੋਂ ਬਾਅਦ ਮੈਂ ਸਮਝਦਾ ਕਿ ਮੋਦੀ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਕਿਸੇ ਤਰ੍ਹਾਂ ਜੇ ਬਹੁਤ ਪਰਮ ਭਲੇਖਿਆਂ ਦੇ ਵਿੱਚ 26 ਦਾ ਭਾਰਤ ਬੰਧ ਸਾਰੇ ਪਰਮ ਭਲੇਖੇ ਤੋੜੇਗਾ ਕਿ ਕਿਸਾਨ ਵੀ ਕੋਈ ਅਸੀਂ ਸ਼ਕਤੀ ਹੈ ਉਹਨਾਂ ਕੋਲ ਵੀ ਐਸਾ ਕੋਈ ਸੰਦੇਸ਼ ਹੈ ਜਿਹੜੇ ਸਾਰੇ ਭਾਰਤ ਦੇ ਵਿੱਚੋਂ ਸੰਦੇਸ਼ ਦੇ ਕੇ ਸਾਰਾ ਕੁਝ ਜਿਹੜਾ ਜਨ ਜੀਵਨ ਹੈ ਉਹ ਠੱਪ ਕਰ ਸਕਦੇ ਨੇ ਤਾਂ ਇਸ ਤੋਂ ਵੱਧ ਜਿਹੜਾ ਬੀਜੇਪੀ ਨੂੰ ਹੋਰ ਕੀ ਸੰਕੇਤ ਜਾਣਾ ਸੋ ਤਕੜੇ ਹੋ ਜਿੱਥੇ-ਜਿੱਥੇ ਆਪਣੇ ਸਾਥੀ ਬੈਠੇ ਨੇ ਪਿੰਡਾਂ 'ਚ ਬੈਠੇ ਨੇ 5-10 ਦਿਨਾਂ ਤੋਂ ਬਾਅਦ ਸਾਰਿਆਂ ਨੂੰ ਸੱਦੇ ਦੋ ਕਿ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਆਓ ਦੁਬਾਰਾ ਮੋਰਚੇ ਦੇ ਉੱਪਰ ਡਟੋ ਇਹਨਾਂ ਮੋਰਚੇ ਨੂੰ ਦੁਬਾਰਾ ਜਿਵੇਂ 26 ਜਨਵਰੀ ਤੋਂ ਪਹਿਲਾਂ ਪੀੜਾਂ ਲੱਗੀਆਂ ਸਨ ਉਸ ਤੋਂ ਵੀ ਜ਼ਿਆਦਾ ਇੱਥੇ ਪੀੜਾਂ ਲਾਈਏ ਔਰ ਆਉਣ ਵਾਲੇ ਜਿਹੜੇ ਐਕਸ਼ਨ ਨੇ 26 ਤੋਂ ਬਾਅਦ ਉਹ ਬਹੁਤ ਵੱਡੇ ਹੋਣਗੇ ਫੈਸਲੇ ਕੁਨ ਵੀ ਹੋਣਗੇ ਆਓ ਉਹਨਾਂ ਦੀ ਤਿਆਰੀ ਕਰੀਏ ਔਰ ਸਰਕਾਰ ਨੂੰ ਮਜਬੂਰ ਕਰੀਏ ਗੋਡੇ ਟੇਕਣ ਦੇ ਲਈ ਖੇਤੀ ਕਾਨੂੰਨ ਰੱਦ ਕਰਨ ਦੇ ਲਈ ਐਮਐਸਪੀ ਦੇ ਕਾਨੂੰਨ ਬਣਾਉਣ ਦੇ ਲਈ ਇੰਨੀ ਬੇਨਤੀ ਕਰਕੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ